ਸਤਿ ਸ਼੍ਰੀ ਅਕਾਲ ਪੀਬੀ 32 ਨਵਾਂ ਸ਼ਹਿਰ ਦੇਖ ਰਹੇ ਹੋ ਦੋਸਤੋ। ਇਸ ਵੇਲੇ ਦੀ ਭ੍ਰਿਸ਼ਟਾਚਾਰ ਨੂੰ ਲੈ ਕੇ ਇੱਕ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ। ਵਿਜੀਲੈਂਸ ਬਿਊਰੋ ਨੇ 1000 ਰੁਪਏ ਦੀ ਰਿਸ਼ਵਤ ਲੈਂਦੇ ASI ਕੀਤਾ ਰੰਗੇ ਹੱਥੀ ਗ੍ਰਿਫਤਾਰ। ਪੰਜਾਬ ਵਿਜੀਲੈਂਸ ਬਿਊਰੋ ਨੇ ਮੰਗਲਵਾਰ ਨੂੰ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਤਹਿਤ ਅਦਾਲਤੀ ਕੰਪਲੈਕਸ ਲੁਧਿਆਣਾ ਦੇ ਹਵਾਲਾਤ ਬਖਸ਼ੀਖਾਨਾ ਵਿਖੇ ਡਿਊਟੀ ਕਰ ਰਹੇ ਇੱਕ ਸਹਾਇਕ ਸਬ ਇੰਸਪੈਕਟਰ ASI ਮੇਘਰਾਜ ਨੂੰ ਰਿਸ਼ਵਤ ਦੀ ਮੰਗ ਕਰਨ 'ਤੇ 1000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਾਬੂ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਦੋਸ਼ੀ ASI ਨੂੰ ਰਮਨਜੀਤ ਕੌਰ ਵਾਸੀ ਸਤਿਗੁਰ ਨਗਰ ਲੁਧਿਆਣਾ ਦੀ ਸ਼ਿਕਾਇਤ 'ਤੇ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਗ੍ਰਿਫਤਾਰ ਕੀਤਾ ਗਿਆ। ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆ ਕਿ ਸ਼ਿਕਾਇਤਕਰਤਾ ਔਰਤ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਦੋਸ਼ ਲਾਇਆ ਕਿ ਉਕਤ ਪੁਲਿਸ ਮੁਲਾਜ਼ਮ ਨੇ 4 ਜਨਵਰੀ ਨੂੰ ਅਦਾਲਤ ਵਿੱਚ ਪੇਸ਼ੀ ਭੁਗਤਣ ਸਮੇਂ ਉਸਦੇ ਪਤੀ ਜੋ ਨਿਆਇਕ ਹਿਰਾਸਤ ਵਿੱਚ ਸੀ ਨੂੰ ਹਵਾਲਾਤ ਵਿੱਚ ਰੱਖਣ ਲਈ 1000 ਰੁਪਏ ਦੀ ਰਿਸ਼ਵਤ ਮੰਗੀ। ਬੁਲਾਰੇ ਨੇ ਅੱਗੇ ਕਿਹਾ ਕਿ ਵਿਜੀਲੈਂਸ ਬਿਊਰੋ ਨੇ ਦੋਸ਼ਾਂ ਦੀ ਜਾਂਚ ਕੀਤੀ ਅਤੇ ਉਕਤ ਦੋਸ਼ੀ ਪੁਲਿਸ ਮੁਲਾਜ਼ਮ ਨੂੰ 2 ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਭਾਰਤ ਨਗਰ ਚੌਂਕ ਲੁਧਿਆਣਾ ਨੇੜੇ ਸ਼ਿਕਾਇਤਕਰਤਾ ਪਾਸੋਂ 1000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ। ਇਸ ਸੰਬੰਧੀ ਉਕਤ ਪੁਲਿਸ ਅਧਿਕਾਰੀ ਖਿਲਾਫ਼ ਵਿਜੀਲੈਂਸ ਬਿਊਰੋ ਦੇ ਥਾਣਾ ਲੁਧਿਆਣਾ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮੁਕੱਦਮਾ ਦਰਜ ਕੀਤਾ ਹੈ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਦੇਖਦੇ ਹਾਂ ਜੀ ਪੂਰੀ ਰਿਪੋਰਟ। ਇੱਕ ਲੇਡੀ ਹੈਗੀ ਰਮਨਜੀਤ ਕੌਰ, ਅੱਜ ਆਈ ਸੀਗੀ ਸਾਡੇ ਕੋਲ। ਉਹਦਾ ਹਸਬੈਂਡ ਪੰਕਜ ਕੁਮਾਰ ਜੇਲ੍ਹ 'ਚ ਹੈ ਔਰ 326 ਦਾ ਕੋਈ ਮੁਕੱਦਮਾ ਦਰਜ ਹੈ ਉਹਦੇ 'ਤੇ। ਉਹ 4 ਤਰੀਕ ਨੂੰ ਉਹਦੀ ਪੇਸ਼ੀ ਸੀਗੀ ਬਖਸ਼ੀਖਾਨੇ ਵਿੱਚ। ਅਕਿਊਜ਼ ਜਿਹੜੇ ਆ ਉਹਨੂੰ ਬੰਦ ਕਰਾਏ ਜਾਂਦੇ ਨੇ, ਬਾਅਦ 'ਚ ਕੋਰਟ 'ਚ ਪੇਸ਼ ਕੀਤਾ ਜਾਂਦਾ। ਉਹਦਾ ਕਹਿਣਾ ਸੀਗਾ ਵੀ ਮੈਂ ਜਦੋਂ ਉਹਨੂੰ ਮਿਲਣਾ ਸੀਗਾ ਅਤੇ ਉਹ ਉੱਥੇ ਡਿਊਟੀ 'ਤੇ ਮੇਘਰਾਜ ASI ਸੀਗਾ ਹਾਜ਼ਰ, ਉਹ ਕਹਿੰਦਾ ਜੀ ਮੈਂ 1000 ਰੁਪਇਆ ਲੈਣਾ ਹੈਗਾ ਤਾਂ ਮੈਂ ਮੁਲਾਕਾਤ ਕਰਾਉਣੀ ਹੈ। ਉਹਨੇ ਕਿਹਾ ਜੀ ਕੋਈ ਗੱਲ ਨਹੀਂ, ਮੈਂ ਤੈਨੂੰ ਪੈਸੇ ਦੇ ਦਾਂਗੀ ਵੀ ਮੈਨੂੰ ਮੁਲਾਕਾਤ ਕਰਾ ਦੇ। ਉਹ ਫਿਰ ਮੁਲਾਕਾਤ ਉਹਨੇ ਕਰਾ ਦਿੱਤੀ ਸੀ, ਉਹਦੇ ਕੋਲ ਤੁਹਾਨੂੰ ਪੈਸੇ ਹੈ ਨਹੀਂ ਸੀਗੇ। ਫਿਰ ਉਹਨੇ ਫਿਰ ਇਹਨੂੰ ਫੋਨ ਕਰ ਰਿਹਾ ਸੀ ਵਾਰ ਵਾਰ, ਅੱਜ ਸਾਡੇ ਕੋਲ ਆਈ ਸੀ ਉਹਨੇ। ਫਿਰ ਲੜਕੀ ਨੇ ਇਹਦੀ ਰਿਕਾਰਡਿੰਗ ਵੀ ਕਰ ਲਈ ਸੀ ਔਰ ਉੱਥੇ ਫਿਰ ਅੱਜ ਉਹਨੇ ਭਾਰਤ ਨਗਰ ਚੌਂਕ ਉਹਨੇ ਕਿਹਾ ਸੀ ਆ ਜਾਓ ਮੈਨੂੰ ਪੈਸੇ ਦੇ ਜਾਓ। ਉਹ ਫਿਰ ਉੱਥੇ ਮੌਕੇ 'ਤੇ ਸਾਡੀ ਵਿਜੀਲੈਂਸ ਟੀਮ ਗਈ ਆ, DSP ਨਿਰਮਲ ਸਿੰਘ ਉਹਨਾਂ ਨੇ ਸਰਕਾਰੀ ਗਵਾਹ ਦੀ ਹਾਜ਼ਰੀ 'ਚ 1000 ਰੁਪਇਆ ਰੈਡ ਐਂਡ ਰਿਟਰਨ ਫੜਿਆ ਹੈਗਾ ਔਰ ਮੁਕੱਦਮਾ ਦਰਜ ਕਰਤਾ, ਕੱਲ੍ਹ ਨੂੰ ਪੇਸ਼ ਕੀਤਾ ਜਾਵੇ। ਸਰ ਇਹਦੇ ਵਿੱਚ ਹੋਰ ਵੀ ਪੁਲਿਸ ਮੁਲਾਜ਼ਮ ਰਡਾਰ 'ਤੇ ਨੇ ਵਿਜੀਲੈਂਸ ਦੀ, ਕਿਉਂਕਿ ASI ਇਹਦੇ 'ਚ ਫੜਿਆ ਗਿਆ। ਬਾਕੀ ਇੱਕ ਮੁਨਸ਼ੀ ਦਾ ਉਹਨਾਂ ਨੇ ਦੱਸਿਆ ਸੀ, ਮੁਨਸ਼ੀ ਵੀ ਇਹਦੇ ਨਾਲ ਇਨਵੋਲਵ ਹੈਗਾ, ਉਹਦੇ ਬਾਰੇ ਵੀ ਸਾਰੀ ਕਾਰਵਾਈ ਕੀਤੀ ਜਾ ਰਹੀ। ਪਤਾ ਲੱਗਿਆ ਸਰ ਕਿੰਨੇ ਪੈਸੇ ਹੋਰ ਵਸੂਲੇ ਲੋਕਾਂ ਕੋਲੋਂ? ਦੇਖੋ ਫਿਲਹਾਲ ਤਾਂ 1000 ਰੁਪਇਆ ਅਸੀਂ ਰੈਡ ਐਂਡ ਫੜਿਆ ਹੈਗਾ, ਬਾਕੀ ਇਨਵੈਸਟੀਗੇਸ਼ਨ ਕਰ ਰਹੇ। ਕਿੱਥੇ ਤਾਇਨਾਤ ਸੀਗਾ ਜੀ? ਇਹ ਪੁਲਿਸ ਲਾਈਨ 'ਚ ਲੱਗਾ ਸੀਗਾ, ਇਹ ਡੇਲੀ ਇਹਨਾਂ ਦੀ ਡਿਊਟੀ ਲੱਗਦੀ ਲਾਈਨ 'ਚੋਂ ਦੋਸ਼ੀ ਪੇਸ਼ ਕਰਨ ਵਾਸਤੇ। ਇਹ ਉੱਥੋਂ ਆਉਂਦੇ ਹੈ, ਪੇਸ਼ ਡਿਊਟੀ ਇਹਨੂੰ ਕਹਿੰਦੇ ਆ ਉਹਦੇ ਵਾਸਤੇ। ਸਰ ਡਿਮਾਂਡ 1000 ਰੁਪਏ ਦੀ ਕੀਤੀ ਗਈ ਸੀ? 1000 ਰੁਪਏ ਦੀ।